ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਇਹ ਖੈਰ 'ਚ ਨਹੀਂ ਕਿਸੇ ਨੇ ਪਾ ਕੇ ਦਿੱਤਾ, ਭੀਖ ਮੰਗ ਕੇ ਨਹੀਂ ਮਿਲਿਆ। ਇਹ ਲੱਖਾਂ ਬੇਟੇ ਬੇਟੀਆਂ ਨੇ ਇਸ ਦੇਸ਼ 'ਤੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਇਹ ਜਿਹੜਾ ਵੋਟ ਪਾਉਣ ਦਾ ਹੱਕ ਹੈ ਇਹ ਸਾਡੀ ਕੌਮ ਨੂੰ ਨਸੀਬ ਕਰਾਇਆ। ਅਸੀਂ ਖੁਸ਼ਕਿਸਮਤ ਲੋਕ ਹੈ, ਸਾਨੂੰ ਵੋਟ ਪਾਉਣ ਦਾ ਹੱਕ ਹੈ। ਮੈਂ ਤਾਂ ਸਿਰਫ ਇਹੀ ਕਹਾਂਗਾ ਕਿ ਸੋਚ ਸਮਝ ਕੇ, ਲਾਭ ਤੋਲ ਕੇ, ਨੇਕੀ ਬਦੀ, ਨਫ਼ਾ ਨੁਕਸਾਨ, ਚੋਰ ਚੌਕੀਦਾਰ, ਔਰ ਜਿੱਥੋਂ ਤੱਕ ਮੁੱਦਿਆਂ ਦਾ ਸਵਾਲ ਹੈ ਤਾਂ ਮੈਂ ਸਮਝਦਾ ਸਭ ਤੋਂ ਵੱਡੇ ਮੁੱਦੇ ਤਾਂ ਪੰਜਾਬ ਦੇ ਰੋਜ਼ੀ ਰੋਟੀ ਦੇ ਹੈ, ਨਸ਼ਿਆਂ ਦੇ ਹੈ, ਕਿਸਾਨੀ ਜਿਹੜੀ ਹੈ ਇਹ ਖੁਦ ਕਫੀਲ ਹੋਵੇ, ਮਜ਼ਦੂਰ ਜਿਹੜਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ, ਵਪਾਰੀ ਜਿਹੜਾ ਇਹ ਖੁਸ਼ਹਾਲ ਹੋਵੇ, ਪੰਜਾਬ ਇੱਕ ਅਮਨ ਦਾ ਗਹਿਵਾਰਾ ਬਣੇ, ਪੰਜਾਬ ਤਰੱਕੀ ਦੇ ਰਸਤੇ 'ਤੇ ਤੁਰਿਆ ਜਾਂਦਾ ਦੇਖਣਾ ਚਾਹੁੰਦੇ ਹਾਂ, ਔਰ ਇਹ ਪੰਜਾਬ ਦੇ ਮੁੱਦੇ ਹੈ। ਕੀ ਵੱਡਾ ਮੁੱਦਾ ਇਸ ਵਾਰ ਚੋਣਾਂ 'ਚ ਮਨਪ੍ਰੀਤ ਨੂੰ ਲੱਗਿਆ, ਇਸ ਵਾਰ ਦੀਆਂ ਚੋਣਾਂ ਦੇ ਖਾਸ ਤੌਰ 'ਤੇ? ਮੈਨੂੰ ਲੱਗਦਾ ਕਿ ਇਹ ਜਿਹੜਾ ਹਿੰਦੁਸਤਾਨ 'ਚ ਜਿਹੜਾ ਮੁੱਦਾ ਲੱਗ ਰਿਹਾ ਕਿ ਇਹ ਪ੍ਰਾਈਮ ਮਿਨਿਸਟਰ ਮੋਦੀ ਔਰ ਉਹਨਾਂ ਦੀ ਜਿਹੜੀ ਪਿਛਲੀ 10 ਸਾਲਾਂ ਦੀ ਕਾਰਕਰਦਗੀ ਹੈ, ਔਰ ਉਹ ਇੱਕ ਅਜ਼ਮਾਇਸ਼ ਦੇ ਵਿੱਚੋਂ ਦੀ ਗੁਜ਼ਰ ਚੁੱਕੇ ਹੈ, ਉਹਨਾਂ ਦਾ ਆਪਣਾ ਜਿਹੜਾ ਦਾਮਨ ਹੈ ਉਹ ਪਾਕ ਸਾਫ਼ ਹੈ। ਸੋ ਮੁੱਦਾ ਤਾਂ ਇਹੀ ਹੈ ਕਿ ਮੋਦੀ ਸਾਹਿਬ ਨੂੰ ਵਾਪਸ ਲੈ ਕੇ ਆਉਣਾ ਹਿੰਦੁਸਤਾਨ ਦੀ ਇਸ ਸਰਕਾਰ 'ਚ ਕਿ ਨਹੀਂ। ਬਾਕੀ ਜਿਹੜੇ ਹੈ ਮੁੱਦੇ ਜਿਹੜੇ ਹੈ ਉਹ ਹਰੇਕ ਸਟੇਟ ਦੇ ਆਪਣੇ ਆਪਣੇ ਹੁੰਦੇ ਹੈ, ਪੰਜਾਬ ਦੇ ਆਪਣੇ ਆ, ਜ਼ਾਹਿਰ ਹੈ ਦੱਕਣ ਦੇ ਕੋਈ ਹੋਰ ਹੋਣਗੇ, ਪਰ ਬੜੀ ਆਸ ਅਤੇ ਉਮੀਦ ਨਾਲ ਕਿ ਪੰਜਾਬ ਦੇ ਲੋਕ ਕੋਈ ਐਸਾ ਫੈਸਲਾ ਕਰਨਗੇ ਜਿਹਦੇ ਨਾਲ ਕਿ ਜਿਹੜਾ ਪੰਜਾਬ ਭਟਕਦਾ ਫਿਰਦਾ, ਠੋਕਰਾਂ ਖਾਂਦਾ ਫਿਰਦਾ, ਇਹਦੇ 'ਚ ਅਸੀਂ ਪੰਜਾਬ ਨੂੰ ਕੱਢ ਸਕੀਏ। ਇੱਕ ਵਾਰੀ ਕਾਫੀ ਡਿਫਰੈਂਟ ਮੁਕਾਬਲਾ ਨਜ਼ਰ ਆ ਰਿਹਾ, ਚਾਰ ਪਾਰਟੀਆਂ ਆਪਣੇ ਸਾਹਮਣੇ ਸਿੱਧੇ ਤੌਰ 'ਤੇ ਹਰ ਹਲਕੇ 'ਚ ਨਜ਼ਰ ਆ ਰਹੇ ਜੀ। ਇਹ ਤਾਂ ਫਿਰ ਜਮਹੂਰੀਅਤ ਦਾ ਹੁਸਨ ਹੈ, ਸੋ ਮੈਨੂੰ ਤਾਂ ਲੱਗਦਾ ਚਾਰ ਤਾਂ ਪਾਰਟੀਆਂ, ਪਰ ਐਵਰੇਜ ਮੈਨੂੰ ਤਾਂ 20-25 ਕੈਂਡੀਡੇਟ ਹੋਰ ਵੀ ਹੋਣਗੇ। ਪਰ ਜਮਹੂਰੀਅਤ ਦੇ ਹੁਸਨ ਦੇ ਵਿੱਚ ਵੱਡੇ ਚਿਹਰੇ ਇਸ ਵਾਰ ਗਾਇਬ ਜ਼ਰੂਰ ਰਹੇ ਹੈ, ਚਾਹੇ ਤੁਹਾਡੀ ਗੱਲ ਕਰ ਲਈ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ ਇਸ ਵਾਰ, ਔਰ ਪਹਿਲੀ ਵਾਰ ਬਦਕਿਸਮਤੀ ਹੈ, ਯੂ ਨੋ ਨਥਿੰਗ ਇਜ਼ ਬਿਲਟ ਟੂ ਲਾਸਟ ਫੋਰਐਵਰ, ਹਰ ਬੰਦੇ ਦੀ ਬੁਨਿਆਦ ਹੁੰਦੀ ਹੈ। 30 ਸਾਲ ਕੋਈ ਐਸਾ ਇਲੈਕਸ਼ਨ ਨਹੀਂ ਜਿਹਦੇ 'ਚ ਮੈਂ ਯੂ ਨੋ ਪਾਰਟੀਸੀਪੇਟ ਨਾ ਕੀਤਾ, ਪਰ ਇੱਥੇ ਕਿਉਂਕਿ ਮੈਨੂੰ ਹਾਰਟ ਅਟੈਕ ਹੋ ਗਿਆ ਸੀ, ਡਾਕਟਰ ਨੇ ਵੀ ਮੈਨੂੰ ਕਿਹਾ ਕਿ ਥੋੜ੍ਹਾ ਜਿਹਾ ਯੂ ਨੋ ਆਪਣਾ ਜਿਹੜਾ ਫਿਜ਼ੀਕਲ ਐਕਟੀਵਿਟੀ ਹੈ ਇਹਦੇ 'ਚ ਕੋਈ ਕਮੀ ਲਿਆਇਓ ਅਗਲੇ 4-5 ਮਹੀਨੇ। ਵੱਡੇ ਬਾਦਲ ਸਾਹਿਬ ਦੀ ਕਮੀ ਲੱਗ ਰਹੀ ਹੈ ਇਸ ਵਾਰ ਇਲੈਕਸ਼ਨ 'ਚ? ਉਹਨਾਂ ਦੀ ਗੈਰ ਹਾਜ਼ਰੀ ਤਾਂ ਪੰਜਾਬ ਨੂੰ ਮਹਿਸੂਸ ਹੋ ਰਹੀ ਹੈ, ਖਾਸ ਕਰਕੇ ਸਾਡੇ ਪਿੰਡ। ਠੀਕ ਹੈ, ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਇਹ ਖੈਰ 'ਚ ਨਹੀਂ ਕਿਸੇ ਨੇ ਪਾ ਕੇ ਦਿੱਤਾ, ਭੀਖ ਮੰਗ ਕੇ ਨਹੀਂ ਮਿਲਿਆ। ਇਹ ਲੱਖਾਂ ਬੇਟੇ ਬੇਟੀਆਂ ਨੇ ਇਸ ਦੇਸ਼ 'ਤੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਇਹ ਜਿਹੜਾ ਵੋਟ ਪਾਉਣ ਦਾ ਹੱਕ ਹੈ ਇਹ ਸਾਡੀ ਕੌਮ ਨੂੰ ਨਸੀਬ ਕਰਾਇਆ। ਅਸੀਂ ਖੁਸ਼ਕਿਸਮਤ ਲੋਕ ਹੈ, ਸਾਨੂੰ ਵੋਟ ਪਾਉਣ ਦਾ ਹੱਕ ਹੈ। ਮੈਂ ਤਾਂ ਸਿਰਫ ਇਹੀ ਕਹਾਂਗਾ ਕਿ ਸੋਚ ਸਮਝ ਕੇ, ਲਾਭ ਤੋਲ ਕੇ, ਨੇਕੀ ਬਦੀ, ਨਫ਼ਾ ਨੁਕਸਾਨ, ਚੋਰ ਚੌਕੀਦਾਰ, ਔਰ ਜਿੱਥੋਂ ਤੱਕ ਮੁੱਦਿਆਂ ਦਾ ਸਵਾਲ ਹੈ ਤਾਂ ਮੈਂ ਸਮਝਦਾ ਸਭ ਤੋਂ ਵੱਡੇ ਮੁੱਦੇ ਤਾਂ ਪੰਜਾਬ ਦੇ ਰੋਜ਼ੀ ਰੋਟੀ ਦੇ ਹੈ, ਨਸ਼ਿਆਂ ਦੇ ਹੈ, ਕਿਸਾਨੀ ਜਿਹੜੀ ਹੈ ਇਹ ਖੁਦ ਕਫੀਲ ਹੋਵੇ, ਮਜ਼ਦੂਰ ਜਿਹੜਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ, ਵਪਾਰੀ ਜਿਹੜਾ ਇਹ ਖੁਸ਼ਹਾਲ ਹੋਵੇ, ਪੰਜਾਬ ਇੱਕ ਅਮਨ ਦਾ ਗਹਿਵਾਰਾ ਬਣੇ, ਪੰਜਾਬ ਤਰੱਕੀ ਦੇ ਰਸਤੇ 'ਤੇ ਤੁਰਿਆ ਜਾਂਦਾ ਦੇਖਣਾ ਚਾਹੁੰਦੇ ਹਾਂ,
ਔਰ ਇਹ ਇਹ ਪੰਜਾਬ ਦੇ ਮੁੱਦੇ ਹੈ। ਕੀ ਵੱਡਾ ਮੁੱਦਾ ਇਸ ਵਾਰ ਚੋਣਾਂ 'ਚ ਮਨਪ੍ਰੀਤ ਨੂੰ ਲੱਗਿਆ ਇਸ ਵਾਰ ਦੀਆਂ ਚੋਣਾਂ ਦੇ ਖਾਸ ਤੌਰ 'ਤੇ? ਮੈਨੂੰ ਲੱਗਦਾ ਕਿ ਇਹ ਜਿਹੜਾ ਹਿੰਦੁਸਤਾਨ 'ਚ ਜਿਹੜਾ ਮੁੱਦਾ ਲੱਗ ਰਿਹਾ ਕਿ ਇਹ ਪ੍ਰਾਈਮ ਮਿਨਿਸਟਰ ਮੋਦੀ ਔਰ ਉਹਨਾਂ ਦੀ ਜਿਹੜੀ ਪਿਛਲੀ 10 ਸਾਲਾਂ ਦੀ ਕਾਰਕਰਦਗੀ ਹੈ ਔਰ ਉਹ ਇੱਕ ਅਜ਼ਮਾਇਸ਼ ਦੇ ਵਿੱਚੋਂ ਦੀ ਗੁਜ਼ਰ ਚੁੱਕੇ ਹੈ, ਉਹਨਾਂ ਦਾ ਆਪਣਾ ਜਿਹੜਾ ਦਾਮਨ ਹੈ ਉਹ ਪਾਕ ਸਾਫ਼ ਹੈ। ਸੋ ਮੁੱਦਾ ਤਾਂ ਇਹੀ ਹੈ ਕਿ ਮੋਦੀ ਸਾਹਿਬ ਨੂੰ ਵਾਪਸ ਲੈ ਕੇ ਆਉਣਾ ਹਿੰਦੁਸਤਾਨ ਦੀ ਇਸ ਸਰਕਾਰ 'ਚ ਕਿ ਨਹੀਂ। ਬਾਕੀ ਜਿਹੜੇ ਹੈ ਮੁੱਦੇ ਜਿਹੜੇ ਹੈ ਉਹ ਹਰੇਕ ਸਟੇਟ ਦੇ ਆਪਣੇ ਆਪਣੇ ਹੁੰਦੇ ਹੈ, ਪੰਜਾਬ ਦੇ ਆਪਣੇ ਆ, ਜ਼ਾਹਿਰ ਹੈ ਦੱਖਣ ਦੇ ਕੋਈ ਹੋਰ ਹੋਣਗੇ, ਪਰ ਬੜੀ ਆਸ ਅਤੇ ਉਮੀਦ ਨਾਲ ਕਿ ਪੰਜਾਬ ਦੇ ਲੋਕ ਕੋਈ ਐਸਾ ਫੈਸਲਾ ਕਰਨਗੇ ਜਿਹਦੇ ਨਾਲ ਕਿ ਜਿਹੜਾ ਪੰਜਾਬ ਭਟਕਦਾ ਫਿਰਦਾ, ਠੋਕਰਾਂ ਖਾਂਦਾ ਫਿਰਦਾ, ਇਹਦੇ 'ਚੋਂ ਅਸੀਂ ਪੰਜਾਬ ਨੂੰ ਕੱਢ ਸਕੀਏ। ਇੱਕ ਵਾਰੀ ਕਾਫੀ ਡਿਫਰੈਂਟ ਮੁਕਾਬਲਾ ਨਜ਼ਰ ਆ ਰਿਹਾ, ਚਾਰ ਪਾਰਟੀਆਂ ਆਪਣੇ ਸਾਹਮਣੇ ਸਿੱਧੇ ਤੌਰ 'ਤੇ ਹਰ ਹਲਕੇ 'ਚ ਨਜ਼ਰ ਆ ਰਹੀ ਜੀ। ਇਹ ਤਾਂ ਫਿਰ ਜਮਹੂਰੀਅਤ ਦਾ ਹੁਸਨ ਹੈ ਮੈਨੂੰ, ਸੋ ਮੈਨੂੰ ਤਾਂ ਲੱਗਦਾ ਚਾਰ ਤਾਂ ਪਾਰਟੀਆਂ, ਪਰ ਐਵਰੇਜ ਮੈਨੂੰ ਤਾਂ 20-25 ਕੈਂਡੀਡੇਟ ਹੋਰ ਵੀ ਹੋਣਗੇ। ਪਰ ਜਮਹੂਰੀਅਤ ਦੇ ਹੁਸਨ ਦੇ ਵਿੱਚ ਵੱਡੇ ਚਿਹਰੇ ਇਸ ਵਾਰ ਗਾਇਬ ਜ਼ਰੂਰ ਰਹੇ ਆ, ਚਾਹੇ ਤੁਹਾਡੀ ਗੱਲ ਕਰ ਲਈ ਕੈਪਟਨ, ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ ਇਸ ਵਾਰ, ਔਰ ਪਹਿਲੀ ਵਾਰ ਬਦਕਿਸਮਤੀ ਹੈ, ਯੂ ਨੋ ਨਥਿੰਗ ਇਜ਼ ਬਿਲਟ ਟੂ ਲਾਸਟ ਫੋਰਐਵਰ, ਹਰ ਬੰਦੇ ਦੀ ਬੁਨਿਆਦ ਹੁੰਦੀ ਹੈ। 30 ਸਾਲ ਕੋਈ ਐਸਾ ਇਲੈਕਸ਼ਨ ਨਹੀਂ ਜਿਹਦੇ 'ਚ ਮੈਂ ਯੂ ਨੋ ਪਾਰਟੀਸੀਪੇਟ ਨਾ ਕੀਤਾ, ਪਰ ਇੱਥੇ ਕਿਉਂਕਿ ਮੈਨੂੰ ਹਾਰਟ ਅਟੈਕ ਹੋ ਗਿਆ ਸੀ, ਡਾਕਟਰ ਨੇ ਵੀ ਮੈਨੂੰ ਕਿਹਾ ਕਿ ਥੋੜ੍ਹਾ ਜਿਹਾ ਯੂ ਨੋ ਆਪਣਾ ਜਿਹੜਾ ਫਿਜ਼ੀਕਲ ਐਕਟੀਵਿਟੀ ਹੈ ਇਹਦੇ 'ਚ ਕੋਈ ਕਮੀ ਲਿਆਇਓ ਅੱਗੇ 4-5 ਮਹੀਨੇ। ਵੱਡੇ ਬਾਦਲ ਸਾਹਿਬ ਦੀ ਕਮੀ ਲੱਗ ਰਹੀ ਹੈ ਇਸ ਵਾਰ ਇਲੈਕਸ਼ਨ 'ਚ? ਉਹਨਾਂ ਦੀ ਗੈਰ ਹਾਜ਼ਰੀ ਤਾਂ ਪੰਜਾਬ ਨੂੰ ਮਹਿਸੂਸ ਹੋ, ਖਾਸ ਕਰਕੇ ਸਾਡੇ 'ਤੇ। ਠੀਕ ਹੈ।